ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਪਾਂ ਬੈਕ ਨੈਕ ਨੂੰ ਰੇਵ ਟੇਪ ਲਾਵਾਂਗੇ ਤੇ ਪਹਿਲੀ ਵੀਡੀਓ ਦੇ ਵਿੱਚ ਮੈਂ ਆਹ ਫਰੰਟ ਨੂੰ ਆ ਦੇਖੋ ਫਰੰਟ ਨੈਕ ਆਪਾਂ ਇਦਾਂ ਬਣਾਇਆ ਸੀ ਇਦਾਂ ਆ ਡਿਜ਼ਾਈਨ ਪਾ ਕੇ ਇਹ ਸਿਰਫ ਪੱਟੀ ਲਾ ਕੇ ਬਣਾਇਆ ਹੋਇਆ ਆਹ ਦੇਖੋ ਇਹਦੀ ਵੀ ਵੀਡੀਓ ਵੀ ਮੇਰੀ ਅਪਲੋਡ ਕਰੀ ਹੋਈ ਹੈ ਤੇ ਉਹ ਵੀ ਤੁਸੀਂ ਦੇਖ ਲਿਓ ਲਿੰਕ ਭੇਜ ਦੂੰਗੀ ਜੇ ਨਾ ਲਿੰਕ ਆ ਤੇ ਇਦਾਂ ਪੱਟੀ ਕਟਿੰਗ ਕਰਕੇ ਆਪਾਂ ਨੇ ਪਹਿਲੀ ਵੀਡੀਓ 'ਚ ਇਦਾਂ ਲਈ ਹੈ ਫਰੰਟ ਦੀ ਤੇ ਜੇਕਰ ਕਿਤੇ ਵੀ ਨੈਕ ਦੇ ਵਿੱਚ ਇਹਦਾ ਬਾਲਾ ਹੁੰਦਾ ਹੋਵੇ ਨਾ ਤੇ ਉਹਦੇ ਵਿੱਚ ਅੰਦਰ ਕੱਟ ਲਾ ਲੈਣਾ ਕੱਟ ਲਾ ਕੇ ਫਿਰ ਕੋਈ ਵੀ ਬਲ ਨਹੀਂ ਆਉਂਦਾ ਤੇ ਸੀਣ ਨਾ ਜ਼ਿਆਦਾ ਖਿੱਚੀ ਜੀ ਹੋਈ ਹੋਵੇ ਜੇ ਜਾਣ ਸੀਣ ਆਪਣੀ ਖਿੱਚੀ ਜੀ ਹੋਈ ਬੱਜੀ ਹੋਈ ਹੋਵੇ ਨਾ ਫਿਰ ਵੀ ਬਲ ਜੀ ਆਉਣ ਲੱਗ ਜਾਂਦੇ ਨੇ ਤੇ ਇਹ ਇਦਾਂ ਦੀ ਮੇਰੀ ਵੀਡੀਓ ਅਪਲੋਡ ਕੀਤੀ ਹੋਈ ਹੈ ਜੇ ਨਾਂ ਵੀ ਮਿਲੇ ਮੈਨੂੰ ਨਾ ਮੈਨੂੰ ਦੱਸ ਦਿਓ ਤੇ ਮੈਂ ਲਿੰਕ ਸੈਂਡ ਕਰ ਦੂੰਗੀ ਕਮੈਂਟ ਕਰਕੇ ਦੱਸ ਦਿਓ ਤੇ ਆਹ ਦੇਖੋ ਹੁਣ ਮੈਂ ਇਹਦੇ ਚੋਂ ਇਦਾਂ ਪੱਟੀ ਕਟਿੰਗ ਕਰੀ ਸੀ ਜਿਹੜੀ ਫਰੰਟ ਵਾਲੀ ਤੇ ਹੁਣ ਅੱਜ ਆਪਾਂ ਕਰਾਂਗੇ ਬੈਕ ਨੈੱਕ ਦੀ ਰੇਵ ਟੇਪ ਲਾਉਣੀ ਹੋਵੇ ਆਪਾਂ ਕਿੱਦਾਂ ਲਾਉਣੀ ਆ ਤੇ ਜਿਹੜੀ ਮੇਰੀ ਇਹ ਵੀਡੀਓ ਚ ਦੱਸਿਆ ਹੋਇਆ ਬਾ ਜੇਕਰ ਪੱਟੀ ਲਾਉਣੀ ਆ ਤਾਂ ਇਹ ਕਿੱਦਾਂ ਲਾਉਣੀ ਆ ਠੀਕ ਤੇ ਹੁਣ ਆ ਦੇਖੋ ਇਹਦੇ ਚੋਂ ਆਪਾਂ ਨੇ ਆ ਬਾਤੂ ਦੇ ਕੱਪੜੇ ਚੋਂ ਆਹ ਵਾਲੀ ਫਰੰਟ ਦੀ ਕਟਿੰਗ ਕਰੀ ਸੀ ਹੁਣ ਆਪਾਂ ਨੇ ਇੱਥੋਂ ਤੇ ਲੈ ਕੇ ਇਦਾਂ ਬਿਲਕੁਲ ਟੇਢ ਦੇ ਵਿੱਚ ਇਦਾਂ ਇੱਥੋਂ ਕਟਿੰਗ ਕਰ ਲੈਣੀ ਆ ਤੇ ਪੌਣੇ 1.5 ਪੌਣੇ 2 ਇੰਚ ਪੌਣੇ 2 ਇੰਚ ਦੀ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਨਿਸ਼ਾਨੀ ਆ ਦੇਖੋ हां इधर ਆਪਾਂ ਨੇ ਹੁਣ ਆਹ ਵਾਲੇ ਇਧਰੋਂ ਕੱਪੜੀ ਦੀ ਕਟਿੰਗ ਕਰਤੀ ਆ ਠੀਕ ਹੈ ਬਿਲਕੁਲ ਟੇਢ ਚ ਹੋਗੀ ਨਾ ਆਹਦੇ ਇੱਥੋਂ ਤੇ ਲੈ ਕੇ ਹੁਣ ਆਪਾਂ ਨੇ ਇਹ ਪੌਣੇ 2 ਇੰਚ ਦੀ ਪੂਰੀ ਨਿਸ਼ਾਨੀ ਲਾ ਕੇ ਪੌਣੇ 2 ਦੇ ਉੱਤੇ ਇੱਥੇ ਲਾ ਕੇ ਨਿਸ਼ਾਨੀ ਇਦਾਂ ਪੌਣੇ ਪੌਣੇ 2 ਦੀ ਲਾ ਕੇ ਹੁਣ ਮੈਂ ਇਹ ਨਿਸ਼ਾਨੀ ਲਾ ਕੇ ਸਾਨੂੰ ਸਿੱਧੀ ਲਾਈਨ ਲਾ ਕੇ ਦਿਖਾਉਣੀ ਆ ਉਹ ਆਪਾਂ ਇੱਥੇ ਤੱਕ ਇਹਦੇ ਨਾਲ ਕਟਿੰਗ ਕਰ ਦੇਣੀ ਆ ਆ ਦੇਖੋ ਇੱਥੋਂ ਇਦਾਂ ਪੌਣੇ 2 ਪੌਣੇ 2 ਦੀ ਲਾ ਕੇ ਨਾ ਇੱਥੋਂ ਪੌਣੇ 2 ਦੇ ਉੱਤੇ ਆ ਦੇਖੋ ਪੌਣੇ 2 ਤੇ ਲਾ ਕੇ ਨਿਸ਼ਾਨੀਆਂ ਇਦਾਂ ਆਪਾਂ ਇਸ ਇਦਾਂ ਲਾਉਂਦੇ ਲਾਉਂਦੇ ਨਾ ਫਿਰ ਇਦਾਂ ਰੱਖ ਕੇ ਸਿੱਧੀ ਲਾਈਨ ਆਪਾਂ ਨੇ ਇਦਾਂ ਖਿੱਚ ਲੈਣੀ ਆ ਤੇ ਹੁਣ ਆਪਾਂ ਨੇ ਇਹ ਇੱਕ ਪੱਟੀ ਇਹ ਲੈ ਲੈਣੀ ਆ ਇਦਾਂ ਦੀ ਨਾਲ ਇੱਕ ਪੱਟੀ ਹੋਰ ਲੈ ਲੈਣੀ ਆ ਕਿਉਂਕਿ ਆਪਣਾ ਜਿੰਨਾ ਵੀ ਡੀਪ ਨੈੱਕ ਹੁੰਦਾ ਉਹਦੇ ਲਈ ਆਪਾਂ ਨੂੰ ਜ਼ਿਆਦਾ ਪੱਟੀ ਦੀ ਲੋੜ ਪਊਗੀ ਨਾ ਇਸ ਲਈ ਆਪਾਂ ਨੇ ਜ਼ਿਆਦਾ ਕਟਿੰਗ ਕਰ ਲੈਣੀ ਆ ਤੇ ਜੇਕਰ ਛੋਟਾ ਨੈੱਕ ਆ ਤੇ ਫਿਰ ਤਾਂ ਆਪਾਂ ਨੂੰ ਇਦਨੇ ਇੱਕ ਥੋੜੀ ਨਾਲ ਵੀ ਸਰ ਸਕਦਾ ਆਪਾਂ ਨੇ ਦੋ ਪੱਟੀਆਂ ਕਟਿੰਗ ਕਰ ਲੈਣੀਆਂ ਨੇ ਇਦਾਂ ਦੀਆਂ ਡੇਢ ਪੌਣੀ 2-2 ਇੰਚ ਦੀਆਂ ਆ ਦੇਖੋ ਦੋ ਲਾਈਨ ਆਪਾਂ ਨੇ ਇਦਾਂ ਪੂਰੇ ਪੌਣੇ ਪੌਣੇ 2 ਦੀਆਂ ਇਦਾਂ ਬਣਾ ਕੇ ਕਰ ਲੈਣੀਆਂ ਨੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਦੇਣੀ ਹੈ ਆਪਣਾ ਹੈਗਾ 5.5 ਇੰਚ ਡੀਪ ਨੈੱਕ ਵਾ ਤੇ ਹੁਣ ਆਪਾਂ ਨੂੰ ਸ਼ਾਇਦ ਇੱਕ ਪੱਟੀ ਨਾਲ ਹੀ ਸਰਜੂਗਾ ਆ ਦੇਖੋ ਇੰਨੀ ਪੱਟੀ ਹੈ ਇਹ ਆਪਣੀ ਇੱਕ ਪੱਟੀ ਨਾਲ ਹੀ ਆਪਣਾ ਰੇਵਟੇਪ ਇੱਕ ਪੱਟੀ ਨਾਲ ਹੀ ਲੱਗ ਚੁਗੀ ਤੇ ਜੇਕਰ ਜ਼ਿਆਦਾ ਡੀਪ ਹੋਵੇ ਫਿਰ ਆਪਾਂ ਜੋੜ ਕਿਦਾਂ ਲਾਉਣਾ ਮੈਂ ਤੁਹਾਨੂੰ ਜੋੜ ਲਾਉਣਾ ਦੱਸਦੀ ਆਂ ਆ ਦੇਖੋ ਇਦਾਂ ਇੱਥੋਂ ਇਦਾਂ ਹੀ ਹੈ ਜਦੋਂ ਪਰ ਇਹ ਟੇਪ ਕਟਾਂਗੇ ਨਾ ਇਦਾਂ ਇਹ ਇਸ ਲੋਟ ਨੂੰ ਤਕਉਣ ਚ ਹੀ ਹੋਗੀ ਇਹ ਇਧਰਲਾ ਕੁੰਜਾ ਇਧਰਲਾ ਸਿਰਾ ਵੀ ਆਪਣਾ ਤਕਉਣ ਚ ਹੋਊ ਇਧਰਲਾ ਵੀ ਹਾਂ ਸਿੱਧੀਆਂ ਪੱਟੀਆਂ ਰੱਖ ਲਈਆਂ ਸਿੱਧੀਆਂ ਪੱਟੀਆਂ ਇਦਾਂ ਰੱਖ ਲਈਆਂ ਨਾ ਇਧਰਲੇ ਵੀ ਸਿੱਧਾ ਪਾਸਾ ਵੀ ਸਿੱਧਾ ਪਾਸਾ نیچے ਪੁੱਠੇ ਕਰ ਲਈਏ ਆਪਾਂ ਨੇ ਠੀਕ ਇਹ ਦੇਖੋ ਹੁਣ ਆਪਾਂ ਇਦਾਂ ਹੀ ਤਕਉਣ ਨੂੰ ਤਕਉਣ ਨਾਲ ਇਦਾਂ ਜੜਨਾ ਠੀਕ ਆ ਹਾਂ ਸਿੱਧੇ ਪਾਸੇ ਆਪਾਂ ਨੇ ਦੋਨੇ ਆ ਦੇਖੋ ਅੰਦਰ ਕਰ ਲੈਣੇ ਆ ਤੇ ਇਦਾਂ ਇਦਾਂ ਆਪਾਂ ਇਹਦੇ ਤੇ ਦੋ ਸੀਣਾ ਲਾ ਕੇ ਇਹਨੂੰ ਪੱਕੀ ਕਰ ਦੇਣਾ ਇਹਦੇ ਅੰਦਰ ਜੋੜ ਲੱਗ ਜੂਗਾ ਇੱਥੇ ਜੋੜ ਲੱਗ ਕੇ ਤੇ ਇਹ ਆਪਣੀ ਇਦਾਂ ਸਿੱਧੀ ਸਿੱਧੀ ਪੱਟੀ ਲੱਗ ਜੂਗੀ ਠੀਕ ਆ ਜੇ ਜੋੜ ਲਾਉਣ ਦੀ ਲੋੜ ਪਈ ਤਾਂ ਜੋੜ ਆਪਾਂ ਨੇ ਇਦਾਂ ਲਾ ਲੈਣਾ ਕਈ ਵਾਰੀ ਆਪਣੇ ਕੋਲ ਤੇ ਟੇਪ ਕੱਟਦੇ ਆ ਨਾ ਆਪਾਂ ਪੱਟੀ ਕੱਟਦੇ ਆ ਛੋਟੀ ਹੁੰਦੀ ਆ ਜੋੜ ਲਾਉਣ ਦੀ ਲੋੜ ਪੈਂਦੀ ਹੈ ਇਹ ਆਪਾਂ ਜੋੜ ਇਸ ਹਿਸਾਬ ਨਾਲ ਹੀ ਲਾਉਣਾ ਜਿਹੇ ਦੇ ਹਿਸਾਬ ਨਾਲ ਆਪਣੇ ਤਕੋਨ ਹੁੰਦੀਆਂ ਨੇ ਐਸ ਲੋਟੀ ਕੱਟਣਾ ਵਾ ਇਦਾਂ ਨਹੀਂ ਵੀ ਇੱਥੋਂ ਕੱਟ ਕੇ ਆਪਾਂ ਇਦਾਂ ਸਿੱਧਾ ਜਾਂ ਇਦਾਂ ਜੋੜ ਲਾ ਲਾਂਗੇ ਇਦਾਂ ਨਹੀਂ ਲਾਉਣਾ ਹੈਗਾ ਇਹ ਜਿਵੇਂ ਆਪਣੀ ਐਸ ਲੋਟ ਕੱਤੀ ਹੋਊਗਾ ਤੇ ਕੋਣ ਦੇ ਵਿੱਚ ਇਦਾਂ ਹੀ ਤਕੋਣ ਤਕੋਣ ਜੋੜਨੇ ਆ ਦੋਨੇ ਠੀਕ ਹੈ ਇਹ ਵੀ ਫਿਰ ਰੇਵ ਜੋੜ ਲੱਗ ਜਾਊਗਾ ਤੇ ਹੁਣ ਆਪਾਂ ਲਾਉਨੇ ਆ ਆਪਾਂ ਰੇਵ ਟੇਪ ਗਲੇ ਨੂੰ ਦੇਖੋ ਹੁਣ ਆਪਾਂ ਨੇ ਆ ਇਦਾਂ ਰੱਖ ਲਿਆ ਗਲਾ ਇਦਾਂ ਸਿੱਧਾ ਪਾਸਾ ਰੱਖ ਲਿਆ ਠੀਕ ਆ ਪੁੱਠਾ ਪਾਸਾ نیچے ਇਹਦਾ ਤੇ ਆ ਪੁੱਠ ਸਿੱਧਾ ਪਾਸਾ ਆਪਾਂ ਨੇ ਉੱਪਰ ਰੱਖ ਲਿਆ ਤੇ ਆ ਹੁਣ ਤਕੋਣ ਜੀ ਥੋੜੀ ਬਦਮੀ ਜੀ ਬਾਹਰਲੀ ਸਾਈਡ ਰੱਖ ਕੇ ਨਾ ਆਪਾਂ ਨੇ ਇਹਦੇ ਪੁੱਠੀ ਸਾਈਡ ਆਹ ਦੀ ਪੁੱਠੀ ਲੀਰ ਉਹਨੂੰ ਤਾਂ ਆਪਾਂ ਵਿੱਚ ਕਰ ਲੈਣਾ ਇਦਾਂ ਆ ਸਿੱਧੇ ਪਾਸਿਓਂ ਆਪਾਂ ਨੇ ਇਦਾਂ ਕਰਕੇ ਫੋਲਡ ਕਰ ਲੈਣੀ ਆ ਲੀਰ ਠੀਕ ਆ ਸਿੱਧੇ ਪਾਸੇ ਫੋਲਡ ਕਰਕੇ ਆ ਦੇਖੋ ਇੱਥੋਂ ਆਹ ਤਕੋਨ ਜੀ ਆ ਜਿਹੜੀ ਆਪਾਂ ਨੇ ਥੋੜੇ ਬਾਹਰ ਹੀ ਕੱਢ ਦੇਣਾ ਉੱਪਰੋਂ ਆਪਾਂ ਕਟਿੰਗ ਕਰ ਦਾਂਗੇ ਠੀਕ ਆ ਇੱਥੋਂ ਰੱਖ ਕੇ ਆਪਾਂ ਆ ਬਿਲਕੁਲ ਫੋਲਡ ਕਰਕੇ ਦਾ ਸੈਂਟਰ ਦੇ ਵਿੱਚੋਂ ਠੀਕ ਆ ਤੇ ਇਹ ਨੂੰ ਹੁਣ ਆਪਾਂ ਨੇ ਇਦਾਂ ਲਾ ਕੇ ਜਿਵੇਂ ਆਪਾਂ ਪੈਰ ਪੈਰ ਦੀ ਸੀਨ ਅੰਦਰ ਲਾਉਨੇ ਹੁੰਦੇ ਨੇ ਨਾ ਅੰਦਰ ਸੀਨ ਇਦਾਂ ਲਾ ਦੇਣੀ ਆ ਇੱਧਰ ਸਿੱਧੇ ਪਾਸੇ ਹੀ ਰੱਖ ਕੇ ਦੇਖੋ ਇੱਕ ਪੱਟੀ ਜਿਹੜੀ ਪਕਟਿੰਗ ਕਰੀ ਸੀ ਉਹਦੇ ਚੋ ਵੀ ਬਚ ਗਈ ਕਿਉਂਕਿ 5.5 ਇੰਚ ਦੀਪਨਨ ਇੱਕ ਤੇ ਆ ਦੇਖੋ ਹੁਣ ਆਪਾਂ ਨੇ ਇਦਾਂ ਫੋਲਡ ਕਰਕੇ ਪੌਣੇ 2 ਇੰਚ ਪੱਟੀ ਕਟਿੰਗ ਕਰੀ ਸੀ ਇਦਾਂ ਫੋਲਡ ਕਰਕੇ ਨਾ ਇਦਾਂ ਸਿੱਧੇ ਪਾਸੇ ਹਾ ਸਿੱਧੇ ਪਾਸੇ ਹੋਣਾ ਇਹਦਾ ਵਿੱਚ ਪੁੱਠੀ ਕਰਕੇ ਇਦਾਂ ਬਿਲਕੁਲ ਫੋਲਡ ਸੈਂਟਰ ਚੋ ਕਰਕੇ ਆਪਾਂ ਨੇ ਇਦਾਂ ਰੱਖ ਕੇ ਇਥੋਂ ਇਦਾਂ ਸੀਨ ਲਾ ਕੇ ਲੈਂਦੀ ਆ ਪਰ ਇਹਦੇ ਇਦਾਂ ਇਦਾਂ ਲਾ ਲੈਂਦੀ ਨੇ ਅੰਦਰ ਇਹ ਗੋਲ ਗਲੇ ਨੂੰ ਹੀ ਲੱਗੂਗੀ ਇਹ ਵਾਲੀ ਜਿਹੜੀ ਹੁੰਦੀ ਹੈ ਨਾ ਇਹ ਰੇਪ ਟੇਪ ਇਹ ਗੋਲ ਗਲੇ ਨੂੰ ਹੀ ਲੱਗਦੀ ਹੁੰਦੀ ਆ ਤੇ ਇਹ ਨੇ ਬੱਦੀ ਹੁੰਦੀ ਹੈ ਇਸ ਕਰਕੇ ਤੇ ਵੀ ਹੁਣ ਕੋਈ ਬਲ ਨਹੀਂ ਆਊਗਾ ਠੀਕ ਹੈ ਤੇ ਹੁਣ ਇਹਨੂੰ ਇੱਕ ਯਾਦ ਰੱਖਣਾ ਹੁਣ ਤਾਂ ਪਹਿਲਾਂ ਤਾਂ ਜਿਹੜੀ ਆ ਬਾਦੂ ਆ ਇਹਦੇ ਸੇਧ ਚ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਠੀਕ ਹੈ ਇਹਦੀ ਸੇਧ ਚ ਆ ਬਾਦੂ ਦੀ ਇਹਦੀ ਕਟਿੰਗ ਕਰਕੇ ਜਿਹੜੇ ਅੰਦਰ ਗੁਲਾਈ ਦੇ ਵਿੱਚ ਇਹਦੇ ਅੰਦਰ ਕੱਟ ਲਾਉਣੇ ਆਪਾਂ ਨੇ ਸਾਰੇ ਕਿਤੇ ਇਧਰ ਇਧਰ ਸਾਰੇ ਗੁਲਾਈ ਚ ਕੱਟ ਲਾਉਣੇ ਆ ਫੇਰ ਨਹੀਂ ਬਾਲਾਉਣਾ ਜੇ ਆਪਾਂ ਕੱਟ ਨਾ ਲਾਏ ਫੇਰ ਆਪਣੇ ਉਧਰ ਨਹੀਂ ਸਾਈਡ ਤੋਂ ਇਦਾਂ ਮੋੜਨਾ ਨਹੀਂ ਇਹਨੇ ਬਾਲਾ ਜਾਣਗੇ ਠੀਕ ਹੈ ਤੇ ਹੁਣ ਆਪਾਂ ਇਹਦੇ ਅੰਦਰ ਕੱਟ ਲਾਉਣੇ ਆ ਕੱਟ ਇੱਥੇ ਤੱਕ ਲਾਉਣੇ ਆ ਵੀ ਆਪਣਾ ਆਹ ਜਿਹੜੀ ਸੀਨ ਲਈ ਹੋਈ ਆ ਇਹ ਨੂੰ ਨਾ ਕੱਟਣ ਜਿਹੜੇ ਆਪਾਂ ਕੱਟ ਲਾਉਣੇ ਆ ਇਹ ਇਹ ਸੀਨ ਤੋਂ ਪਰੇ ਪਰੇ ਬਸ ਇੱਥੋਂ ਆਪਾਂ ਕੱਟ ਲਾਵਾਂਗੇ ਇਹਦੇ 'ਚ ਆਹ ਦੇਖੋ ਇਦਾਂ ਆਪਾਂ ਅੰਦਰਲੀ ਸਾਈਡ ਇਦਾਂ ਕੱਟ ਲਾ ਦੇਣੇ ਆ ਠੀਕ ਆ ਇਹ ਜਦੋਂ ਫਿਰ ਇਦਾਂ ਆਪਾਂ ਮੋੜਾਂਗੇ ਨਾ ਇਹਦੇ ਵਿੱਚ ਆਪਾਂ ਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਆਊਗੀ ਕੋਈ ਵੀ ਇਦਾਂ ਨਾਲ ਉਹ ਨਾਲੇ ਨੇ ਆਪਣੀ ਪੱਟੀ ਨੇ ਮੁੜ ਜਾਣਾ ਆਹ ਦੇਖੋ ਕੱਲੇ ਕੱਲੇ ਦੇ ਅੰਦਰ ਕੱਟ ਲੈਨੇ ਆਹ ਸੀਨ ਤੋਂ ਪਰੇ ਰਹਿਣਾ ਵਾਲੀ ਸੀਨ ਜੀ ਲੱਗੀ ਆ ਇਹਦੇ ਤੋਂ ਪਰੇ ਪਰੇ ਰਹਿਣ ਤੇ ਆਹ ਸਾਰੇ ਕੱਪੜੇ ਚੋਂ ਨੇ ਆਹ ਕੱਟ ਲਾਈ ਹੋਏ ਨੇ ਇਦਾਂ ਗੁਲਾਈ ਦੇ ਵਿੱਚ ਤਾਂ ਜ਼ਰੂਰੀ ਇਹ ਲਾਉਣੇ ਆ ਠੀਕ ਹੈ ਇਦਾਂ ਲਾ ਕੇ ਹੁਣ ਆਪਾਂ ਨੇ ਦੇਖੋ ਇਧਰ ਨੂੰ ਆਰਾਮ ਨਾਲ ਮੋੜ ਜਾਣਾ ਇਹਨੇ ਆ ਦੇਖੋ ਹੁਣ ਇਹਨੇ ਅੰਦਰ ਨੂੰ ਆਰਾਮ ਨਾਲ ਇਦਾਂ ਮੋੜ ਜਾਣਾ ਠੀਕ ਹੈ ਇਦਾਂ ਆਹ ਵਾਲੀ ਸੀਣ ਤੋਂ ਆਪਾਂ ਨੇ ਅੰਦਰ ਨੂੰ ਮੋੜ ਕੇ ਇਦਾਂ ਇਦਾਂ ਅੰਦਰ ਮੋੜ ਕੇ ਇਹਦੇ ਅੰਦਰ ਪੰਤਰ ਪਾਈ ਕਰ ਦੇਣੀ ਆ ਇਹਦੇ ਉੱਪਰ ਕੋਈ ਵੀ ਬਲ ਨਹੀਂ ਆਊਗਾ ਠੀਕ ਹੈ ਕੱਟ ਲਾਉਣੇ ਜ਼ਰੂਰ ਨੇ ਜੇ ਕੱਟ ਨਾ ਲਾਏ ਫਿਰ ਥੋੜੇ ਵਾਲ ਆਉਣਗੇ ਉੱਪਰ ਠੀਕ ਹੈ ਇਹਨੇ ਨਾਲੋਂ ਨਾਲ ਹੀ ਮੋੜ ਜਾਣਾ ਤੇ ਮੈਂ ਕਿਹਾ ਹੁਣ ਵੱਡੇ ਬਫੀਏ ਦੇ ਨਾਲ ਇਥੇ ਸੀਣ ਮਾਰ ਕੇ ਦਿਖਾਉਣੀ ਆ ਤੁਹਾਨੂੰ ਕੋਈ ਵੀ ਬਲ ਨਹੀਂ ਆਊਗਾ ਆਰਾਮ ਨਾਲ ਇਹਦੇ ਅੰਦਰਲੀ ਸਾਈਡ ਤੇ ਇਦਾਂ ਤਰਪਾਈ ਹੋ ਜੂਗੀ ਆ ਦੇਖੋ ਆ ਮੈਂ ਵੱਡੇ ਬਵੀਆਂ ਨਾਲ ਉੱਤੇ ਸੀਣ ਲਾਤੀ ਆ ਇਹਦੇ ਨਾਲ ਮੈਂ ਤੁਹਾਨੂੰ ਇਦਾਂ ਦਿਖਾਈ ਵੀ ਇਦਾਂ ਆਪਾਂ ਮੋੜ ਕੇ ਇਦਾਂ ਬਿਲਕੁਲ ਆਰਾਮ ਨਾਲ ਦੇਖੋ ਕੋਈ ਬਲ ਨਹੀਂ ਆਇਆ ਇਦਾਂ ਤਰਪਾਈ ਹੋ ਜੂਗੀ ਠੀਕ ਆ ਤੇ ਇਹ ਤਾਂ ਲਾਈ ਆਵੇ ਅੰਦਰ ਤਰਪਾਈ ਕਰਨ ਤੋਂ ਬਾਅਦ ਆਪਾਂ ਨੇ ਆਹ ਵਾਲੀ ਸੀਣ ਢੇਰ ਦੇਣੀ ਆ ਫਿਰ ਆਰਾਮ ਨਾਲ ਅੰਦਰ ਮੁੜ ਕੇ ਤੁਹਾਨੂੰ ਦੱਸਦੀ ਆ ਤਰਪਾਈ ਵਾਸਤੇ ਆ ਦੇਖੋ ਇਹਦੇ ਅੰਦਰ ਆਪਾਂ ਤਰਪਾਈ ਕਰ ਦੇਣੀ ਆ ਆ ਦੇਖੋ ਅੰਦਰਲੀ ਸਾਈਡ ਇੱਥੇ ਪੱਤਰ ਪਾਈ ਕਰਕੇ ਫਿਰ ਆ ਵਾਲੀ ਜਿਹੜੀ ਸੀਨ ਲਾਈਏ ਉੱਪਰ ਆਪਾਂ ਇਹਨੂੰ ਦੇੜ ਦਾਂਗੇ ਆ ਦੇ ਇਹ ਹੋ ਗਈ ਬੈਕ ਦੇ ਗਲੇ ਦੀ ਆਪਣੀ ਰੇਵ ਟੇਪ ਠੀਕ ਹੈ ਤੇ ਇਹ ਆਪਾਂ ਫਰੰਟ ਤੇ ਵੀ ਲਾ ਸਕਦੇ ਹਾਂ ਬੈਕ ਤੇ ਵੀ ਲਾ ਸਕਦੇ ਹਾਂ ਫਰੰਟ ਦੀ ਨੂੰ ਇਹ ਬੈਕ ਦੀ ਥੋੜੀ ਬਰੀਕ ਲਾ ਲਵੇ ਪੌਣੇ 2 ਇੰਚ ਪੱਟੀ ਕੱਟੀ ਸੀ ਤੇ ਜਿਹੜੀ ਫਰੰਟ ਵਾਲੀ ਆ ਉਹ ਵਾਲੀ 2 ਇੰਚ ਕੱਟ ਕੇ ਉਹ ਵਾਲੀ ਥੋੜੀ ਚੜਾਈ ਚ ਹੋ ਜੂਗੀ ਆ ਬੈਕ ਵਾਲੀ ਹੋ ਜੂਗੀ ਆਪਣੀ ਥੋੜੀ ਬਰੀਕ ਤੇ ਨਹੀਂ ਤਾਂ ਫਰੰਟ ਤੇ ਜਿਹੜੀ ਮੇਰੀ ਉਹ ਗਲੀ ਵੀਡੀਓ ਪਾਈ ਹੋਈ ਹੈ ਉਹ ਦੇਖ ਲਿਓ ਉਹਦਾ ਆਪਾਂ ਕੋਈ ਵੀ ਡਿਜ਼ਾਈਨ ਵੀ ਬਣਾ ਸਕਦੇ ਆ ਤੇ ਹਾਂਜੀ ਇਹ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ